ਨਵਾਂਸ਼ਹਿਰ 'ਚ ਦਲੇਰ ਖਾਲਸਾ ਇੰਟਰਨੈਸ਼ਨਲ ਗਰੁੱਪ ਦੇ ਇੱਕ ਸਿੰਘ ਨੇ 8 ਮੋਟਰਸਾਈਕਲਾਂ ਨੂੰ ਆਪਣੀ ਬਾਹਾਂ ਨਾਲ ਖਿੱਚ ਕੇ ਕਰੀਬ 54.6 ਸੈਕਿੰਡ ਤੱਕ ਰੋਕ ਕੇ ਰੱਖਣ ਨਾਲ ਇੰਡੀਆ ਬੁੱਕ ਆਫ ਰਿਕਾਰਡ 'ਚ ਆਪਣਾ ਨਾਮ ਦਰਜ ਕਰਵਾਇਆ ਹੈ। ਇਸ ਤੋਂ ਪਹਿਲਾਂ 1997 'ਚ 4 ਮੋਟਰਸਾਈਕਲ ਨੂੰ 27 ਸੈਕਿੰਡ ਤੱਕ ਖਿੱਚਣ ਦਾ ਰਿਕਾਰਡ ਦਰਜ ਕੀਤਾ ਗਿਆ ਸੀ। ਨਵਾਂਸ਼ਹਿਰ ਦੇ ਰਹਿਣ ਵਾਲੇ ਜਸਵਿੰਦਰ ਸਿੰਘ ਨੇ ਪੁਰਾਣਾ ਰਿਕਾਰਡ ਤੋੜ ਕੇ ਆਪਣਾ ਨਵਾਂ ਰਿਕਾਰਡ ਕਾਇਮ ਕੀਤਾ ਹੈ। ਦਲੇਰ ਖਾਲਸਾ ਇੰਟਰਨੈਸ਼ਨਲ ਗਰੁੱਪ ਦੇ ਨੌਜਵਾਨਾਂ ਦੇ ਖਾਲਸਾ ਗਰੁੱਪ ਵੱਲੋਂ ਕਈ ਸਾਲਾਂ ਤੋਂ ਗੱਤਕੇ ਦੇ ਜੋਹਰ ਦਿਖਾ ਕੇ ਗੁਰੂ ਦੀ ਲਾਡਲੀ ਫੌਜ ਨੇ ਪੰਜਾਬ ਤੋਂ ਇਲਾਵਾ ਵਿਦੇਸ਼ਾਂ ਵਿੱਚ ਵੀ ਆਪਣੀ ਧੁੰਮ ਮਚਾਈ ਹੈ। ਇੱਥੋਂ ਤੱਕ ਕਿ ਕਈ ਫਿਲਮਾਂ ਅਤੇ ਗਾਣਿਆਂ ਵਿੱਚ ਵੀ ਦਲੇਰ ਖਾਲਸਾ ਇੰਟਰਨੈਸ਼ਨਲ ਗਰੁੱਪ ਆਪਣਾ ਰੋਲ ਨਿਭਾ ਚੁੱਕਾ ਹੈ। ਜਦੋਂ ਇਸ ਗਰੁੱਪ ਬਾਰੇ ਇੰਡੀਆ ਬੁੱਕ ਆਫ ਰਿਕਾਰਡ ਨੂੰ ਪਤਾ ਲੱਗਾ ਤਾਂ ਉਹਨਾਂ ਦੀ ਟੀਮ ਵੱਲੋਂ ਜਸਵਿੰਦਰ ਸਿੰਘ ਦੇ ਇਸ ਕਰਤੱਬ ਨੂੰ ਵੇਖਿਆ ਗਿਆ ਅਤੇ ਉਹਨਾਂ ਨੂੰ ਨਵੇਂ ਰਿਕਾਰਡ ਲਈ ਆਪਣਾ ਸਰਟੀਫਿਕੇਟ ਅਤੇ ਟਰਾਫੀ ਵੀ ਜਾਰੀ ਕੀਤੀ। ਇਸ ਸੰਬੰਧੀ ਰਿਕਾਰਡ ਬਣਾਉਣ ਵਾਲੇ ਜਸਵਿੰਦਰ ਸਿੰਘ ਨੇ ਕਿਹਾ ਹੈ ਕਿ ਅੱਜ ਉਹਨਾਂ ਨੂੰ ਆਪਣੇ ਇਸ ਰਿਕਾਰਡ ਉੱਪਰ ਮਾਣ ਮਹਿਸੂਸ ਹੋ ਰਿਹਾ ਹੈ। ਜਸਵਿੰਦਰ ਸਿੰਘ ਵੱਲੋਂ ਆਪਣੀ ਇਸ ਕਾਮਯਾਬੀ ਪਿੱਛੇ ਦਲੇਰ ਖਾਲਸਾ ਗਰੁੱਪ ਦੀ ਟੀਮ ਦਾ ਹੱਥ ਦੱਸਿਆ ਗਿਆ ਹੈ। ਅੱਜ 8 ਬਾਈਕ ਖਿੱਚ ਕੇ ਬਾਹਾਂ ਦੇ ਜ਼ੋਰ ਨਾਲ ਮੈਂ ਬਲ ਇੰਡੀਆ ਬੁੱਕ ਰਿਕਾਰਡ 'ਚ ਨਾਂ ਦਰਜ ਕੀਤਾ ਅੱਜ। ਇਸ ਤੋਂ ਪਹਿਲਾਂ ਵੀ ਤੁਸੀਂ ਇਦਾਂ ਦੀ ਜਿਹੜੇ? ਹਾਂਜੀ, ਅਸੀਂ ਇਸ ਤੋਂ ਪਹਿਲਾਂ ਵੀ ਵੱਡੇ ਵੱਡੇ ਸਟੰਟ ਕਰ ਰਹੇ ਹਾਂ ਜੀ। ਕੋਈ ਮੂਵੀ 'ਚ ਕੰਮ ਕੀਤਾ ਸੀ? ਹਾਂਜੀ, ਮੈਂ ਕਹਿੰਦਾ ਹਾਂਜੀ, ਕਾਫੀ ਮੂਵੀ 'ਚ ਕੰਮ ਕੀਤਾ ਜੀ। ਹਾਂਜੀ, ਸਿੱਖ ਕੌਮ ਦੇ ਹੀਰੇ, ਦੋ ਬੋਲ, ਸਿੰਘ 'ਚ, ਬਿਲਿੰਗ 'ਚ, ਪੱਤਾ ਪੱਤਾ ਸਿੰਘਾਂ ਦਾ ਬੈਰੀ 'ਚ, ਹਾਂਜੀ, ਹੋਰ ਬਹੁਤ ਪੰਜਾਬੀ ਵੀਡੀਓ 'ਚ ਕੰਮ ਕਰ ਰਹੇ ਹਾਂ ਜੀ। ਤੁਹਾਡਾ ਅੱਜ ਨਾਮ ਦਰਜ ਹੋਇਆ ਆਪਣੇ ਇੰਡੀਆ ਬੁੱਕ ਆਫ ਰਿਕਾਰਡ, ਤੁਸੀਂ ਕੀ ਮਹਿਸੂਸ ਕਰਦੇ ਹੋ? ਮੈਂ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ ਜੀ ਇਸ ਇੰਡੀਆ ਕ ਹਾਂਜੀ, ਮੈਨੂੰ ਬਹੁਤ ਮਾਣ ਆ ਜੀ ਅਤੇ ਪੂਰੀ ਟੀਮ 'ਤੇ ਨਾਲ ਖੜੀ ਆ ਜੀ। ਨਵਾਂਸ਼ਹਿਰ ਤੋਂ ਸੁਖਜਿੰਦਰ ਸਿੰਘ ਸੁੱਖਾ ਦੀ ਵਿਸ਼ੇਸ਼ ਰਿਪੋਰਟ, ਪੰਜਾਬ ਟੂਡੇ।